जय श्री कृष्णा आज इक ਪੁਰਾਣੀ ਸਟੋਰੀ ਜੋ ਮੇਰੇ ਨਾਲ ਵਾਪਰੀ ਸੀ ਜਿਹੜੇ ਲੋਕੀ ਚਮੇਟੀਆਂ ਪਾਉਂਦੇ ਆਂ ਜਾਣ ਲੋਟਾ ਨਾਲ ਉਹਨਾਂ ਨੂੰ ਨਸੀਹਤ ਦੇਣ ਵਾਸਤੇ ਕਿ ਤੁਸੀਂ ਰੱਬ ਪਹਿਲਾਂ ਮੈਨੂੰ ਨਸੀਹਤ ਦਿੰਦਾ ਬਾਅਦ ਵਿੱਚ ਮੈਂ ਲੋਟਾ ਨੂੰ ਦਿੰਨਾ ਇਹ ਰੱਬ ਦੀ ਰੀਤ ਹੈ ਹਮੇਸ਼ਾ ਹੀ ਸੁਲਝਿਆ ਹੈ ਬੰਦਾ ਹੀ ਲੋਟਾ ਨੂੰ ਉਦੋਂ ਸੁਲਝਾ ਸਕਦਾ ਜਦੋਂ ਖੁੱਦ ਉਹਦੇ ਨਾਲ ਹੱਡ ਬੀਤੀਆਂ ਹੋਣ ਕਿਤਾਬੀ ਗਿਆਨ ਜਿਹੜਾ ਕਿਤਾਬਾਂ 'ਚ ਹੀ ਰਹਿ ਜਾਂਦਾ ਪੁਰਾਣੇ ਟਾਈਮ 'ਚ ਕੋਈ ਬੰਦਾ ਮੇਰੇ ਕੋਲ ਆਇਆ ਉਹਦੀ ਫੈਕਟਰੀ ਮੈਂ 18 ਲੱਖ 10000 ਨੇਰ ਬੋਟ ਇੰਨੇ ਤੇ ਦੀ ਵੇਚੀ ਉਹ 14 15 ਲੱਖ ਦਾ ਬੈਂਕ ਦਾ ਕਰਜਾਈ ਸੀ ਮੈਨੂੰ ਉਹਦੇ ਤੇ ਦੁੱਟ ਬੜਾ ਲੱਗਿਆ ਉਹ ਫੈਕਟਰੀ ਮੈਂ ਖੁਦ ਆਪ ਖਰੀਦੀ ਸੀ ਤੇ ਆਪਣੇ ਨਾਂ ਤੇ ਲੈ ਕੇ ਮੈਂ ਜਾ ਵੇਚੀ ਸੀ ਮੈਨੂੰ ਚਲੋ ਉਸ ਟਾਈਮ ਉਹਦੇ ਵਿੱਚ 2-3 ਲੱਖ ਰੁਪਇਆ ਪ੍ਰੋਫਿਟ ਵੀ ਆਇਆ ਸੀ ਛੋਟੀ ਪ੍ਰੋਪਰਟੀ ਦਾ ਕੰਮ ਆ ਤਾਂ ਦੋ ਪੈਸੇ ਬਚਣ ਜਿ ਤਾਂ ਹੀ ਤਰ੍ਹਾਂ ਜੀ ਪੈਸੇ ਲਾਈ ਹੁੰਦੀ ਆ ਉਹ ਬੰਦਾ ਮੇਰੇ ਨਾਲ ਪਿਆਰ ਪੈ ਗਿਆ ਮੈਂ ਉਹਦਾ ਨਾਮ ਕਦੇ ਵੀ ਕਿਸੇ ਦਾ ਨਹੀਂ ਲੈ ਕੇ ਦੱਸਦਾ ਪਿਆਰ ਪੈ ਗਿਆ ਤਾਂ ਮੈਂ ਉਹਦੇ ਘਰ 'ਚ 4-5 ਬੇਟੀਆਂ ਸੀ ਤੇ ਮੇਰੇ ਮਨ 'ਚ ਹੁੰਦਾ ਸੀ ਮੈਂ ਤੇਰੀ ਯਾਰੀ ਕਿਸੇ ਤਰ੍ਹਾਂ ਮਦਦ ਕਰਨੀ ਆ ਵੀ ਤੇਰੀਆਂ ਬੇਟੀਆਂ ਤੇ ਉਹ ਪ੍ਰਵਾਸੀ ਸੀ ਪੰਜਾਬੀ ਨਹੀਂ ਸੀ ਉਹ ਵਿੱਚੋਂ ਜੁਪੀ ਪਿਆਰ ਅਦਰ ਸਟੇਟ ਹੋ ਸਕਦਾ ਪਿਆਰੀ ਸੀ ਜਾਂ ਪੰਜਾਬ ਜੁਪੀ ਦਾ ਸੀ ਤੇ ਪੰਡਤ ਫੈਮਲੀ ਦਾ ਸੀ ਬੰਦਾ ਪਿਆਰ ਪੈ ਗਿਆ ਉਹਦੀ ਮੈਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਮੈਂ ਮਸ਼ੀਨਾਂ ਚੱਟੀਆਂ ਜਾਤੀ ਰੱਟੀਆਂ ਜਾਤੀ ਦਰਜਦਾਰ ਉਹਨੂੰ ਸਾਰਾ ਕੁਛ ਹੀ ਦਿਵਾਉਣਾ ਚਾਹੁੰਦੇ ਸੀ ਉਸ ਟਾਈਮ ਉਹਦੀ ਹੈਲਪ ਵਿੱਚ ਇੱਕ ਫੈਕਟਰੀ ਵੀ ਖਰੀਦੀ ਤਾਂ ਮੈਂ ਆਪਣੇ ਹਿਸਾਬ ਨਾਲ ਤਾਂ 3-4 ਲੱਖ ਦਾ ਫਾਇਦਾ ਕੀਤਾ ਉਹ ਬੰਦੇ ਨੇ ਪਿਆਰ ਪੈ ਗਿਆ ਮੈਨੂੰ ਕਹਿੰਦਾ ਬਾਬਾ ਜੀ ਜੇ ਤੁਸੀਂ ਮੇਰੇ ਤੇ ਇੰਨੇ ਮਿਹਰਬਾਨ ਹੋ ਮੇਰੇ ਨਾਲ ਥミਟੀ ਪਾਓ 4 ਲੱਖ ਦੀ ਨੇਰਵੋਟ 20000 ਰੁਪਏ ਮਹੀਨਾ ਮੇਰੇ ਤੋਂ ਲੈ ਕੇ ਜਾਂਦਾ ਰਿਹਾ ਮੈਂ ਕਿਸੇ ਮੈਂਬਰ ਦੀ ਸ਼ਟਲ ਨਹੀਂ ਦਿੱਤੀ ਮੈਂ ਸਿਰਫ ਉਹ ਸ਼ਿਵਾਰਥੀ ਕਮੇਟੀ ਪਾਈ ਕਿਉਂਕਿ ਮੈਂ ਸੇਵਾ ਕਰਦਾ ਸੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀ ਨਾਲ ਨਾਲ ਪ੍ਰੋਪਰਟੀ ਦਾ ਟਾਈਮ ਪਾਰਟ ਟਾਈਮ ਐ ਪ੍ਰੋਪਟੀ ਦਾ ਕੰਮ ਕਰਦਾ ਸੀ ਤੇ ਜਿਹੜੇ ਮੈਂਬਰ ਸੀ ਉਹ ਜਾਣ ਬੰਦਿਆਂ ਦੇ ਨਾਮ ਐ ਚਾ ਟੀਮ ਮੀਟਿੰਗ ਚ ਉਹਨਾਂ ਯਾਰ ਚਲੋ ਕੋਈ ਦਾ ਨਹੀਂ 20 ਯਾਰ ਮਹੀਨਾ ਲਈ ਗਿਆ ਜਦੋਂ ਮੇਰੀਆਂ ਲਾਸਟ ਵਾਲੀਆਂ ਮੇਰੇ ਕਮੇਟੀਆਂ ਚ ਚੁੰਦਾ ਮੈਂ ਮਰਤੇ ਵਿੱਚੋਂ ਨਹੀਂ ਚੱਕਣੀ ਤੇ ਜਦੋਂ ਲਾਸਟ ਵਾਲੀ ਕਮੇਟੀ ਦਾ ਟਾਈਮ ਆ ਗਿਆ ਤਾਂ ਉਹ ਤਿੰਨ ਦਾ ਜੀ ਮਰਤੇ ਤੁਹਾਨੂੰ ਇੱਕ ਦੋ ਮਹੀਨੇ ਰੁਟਣਾ ਪੈਣਾ ਬੰਦੇ ਪਿੰਡ ਗਏ ਮੈਂ ਰੁਟ ਗਿਆ ਉਸ ਤੋਂ ਬਾਅਦ ਕਰੋਨਾ ਵਾਇਰਸ ਆ ਗਿਆ ਕਰੋਨਾ ਵਾਇਰਸ ਦਾ ਨਾਮ ਲੈ ਕੇ ਉਹਨੇ ਕਹਿਤਾ ਸਾਰੇ ਬੰਦੇ ਭੱਜ ਗਏ ਪੱਜੂ ਇੱਕ ਪੱਜੂ ਦੋ ਪੱਜੂ ਹੁਣ 20 ਮੈਂਬਰ ਥੋੜੀ ਪੱਜ ਜਾਣਗੇ ਤੁਸੀਂ ਆਪ ਸਹਨੇ ਮੇਰੀ 4 ਲੱਖ ਦੀ ਕਮੇਟੀ ਉਹ ਬੰਦੇ ਨੇ ਅਜ ਤੱਕ ਨਹੀਂ ਦਿੱਤੀ ਅੱਜ 2024 ਚੱਲ ਰਿਹਾ 10ਵਾਂ ਮਹੀਨਾ ਮੈਂ ਉਸ ਬੰਦੇ ਨਾਲ ਜਾਤੀ ਨਹੀਂ ਕੀਤੀ ਚਲੋ ਕਮੇਟੀ ਦੇ ਸਾਲ ਦੋ ਸਾਲ ਮੈਂ ਨੂੰ ਕਿਹਾ ਚਲੋ ਠੱਠੇ ਕਰਕੇ ਦੇ ਦਿੰੀ ਉਸ ਬੰਦੇ ਨੇ ਬੱਚਿਆਂ ਦੇ ਵਿਆਹ ਵੀ ਕਰਤੇ ਮੇਰੀ ਕਮੇਟੀ ਚਾਚੇ ਨਾ ਲੈਤੇ ਤੋਂ ਚਲੋ ਕੋਈ ਗੱਲ ਨਹੀਂ ਪਰ ਅਜ ਤੱਕ ਵੀ ਮੈਨੂੰ ਪੈਸੇ ਨਹੀਂ ਮਿਲੇ ਤੇ ਜਦੋਂ ਮੈਂ ਜਾਨਾ ਉਹ ਤੋਂ ਚਾਹ ਦਿੰਦਾ ਮੈਂ ਦਊਂ ਜਦੋਂ ਮਰਨ ਤੋਂ ਪਹਿਲਾਂ ਦਊਂਗਾ ਇਸ ਤਰ੍ਹਾਂ ਦੇ ਅੰਜਾਨ ਲੋਟਾਂ ਨਾਲ ਬਿਨਾ ਜਾਨਪਛਾਣ ਤੋਂ ਜਾਂ ਜਾਨਪਛਾਣ ਵੀ ਆ ਤਾਂ ਕਮੇਟੀਆਂ ਵਾਲਾ ਚੱਕਾ ਜਿਹੜਾ ਨਾ ਠੋਠੇ ਵਾਲਾ ਚੱਚਾ ਵਾ ਇਹਨਾਂ ਤੁਸੀਂ ਬੈਂਕਾਂ ਚ ਚੈਪਟੀਆਂ ਕਰਾਓ ਚੰਗੀ ਥਾਂ ਤੇ ਇਨਵੈਸਟਮੈਂਟ ਕਰੋ ਪ੍ਰੋਪਰਟੀ 'ਚ ਇਹਨਾਂ ਚੱਕਰਾਂ 'ਚ ਨਾ ਪੋ ਮੇਰਾ 4 ਲੱਖ ਰੁਪਇਆ ਬੜੀ ਮਿਹਨਤ ਨਾਲ ਕਮਾਇਆ ਹੋਇਆ ਮੈਨੂੰ ਰੈਂਟਲ ਇਨਕਮ ਆਉਂਦੀ ਸੀ ਨੇਅਰਬੋਟ 40000 ਰੁਪਇਆ ਜਿਹਦੇ ਵਿੱਚੋਂ ਮੈਂ 20000 ਆਪਣੀ ਧਰਵਾਲੀ ਨੂੰ ਪੜਾਉਂਦਾ ਸੀ ਤਾਂ 20000 ਰੁਪਇਆ ਉਹਨੂੰ ਦਿੰਦਾ ਰਿਆਂ ਤੇ ਤੁਸੀਂ ਆਪ ਦੇ ਕੋ ਰੈਂਟਲ ਇਨਕਮ ਦਾ 20000 ਦੇਤੇ ਵੀ ਅਜੇ ਤੱਕ ਪੈਸੇ ਨਹੀਂ ਮਿਲੇ ਤੋਠਾ ਤਾਂ ਬਚੋ ਮੈਂ ਤੁਹਾਨੂੰ ਇਹੀ ਨਸੀਹਤ ਦਿੰਨਾ ਵਾ ਹਰ ਥਾਂ ਤੇ ਥੋਠਾ ਵਾ ਇਸ ਜ਼ਿੰਦਗੀ ਦੇ ਵਿੱਚ ਥਾਂ ਥਾਂ ਤੇ ਤਲ ਜੁੜਣਾ ਹਰ ਬੰਦਾ ਇੱਕ ਦੂਜੇ ਨੂੰ ਲੁੱਟਣ ਨੂੰ ਬੈਠਿਆ ਤੇ ਬਾਅਦ ਵਿੱਚ ਜਦੋਂ ਅਸੀਂ ਇਹ ਜਿਹੇ ਬੰਦਿਆਂ ਨੂੰ ਆਪਾਂ ਜਾਤੀ ਕਰਦੇ ਆ ਫਿਰ ਕਹਿੰਦੇ ਸਾਡੇ ਨਾਲ ਤਾਂ ਛੱਟਾ ਚੜ ਗਿਆ ਚੜ ਗਏ ਕਿੱਡਾ ਵੱਡਾ ਉਸ ਬੰਦੇ ਨੇ ਚੀਟ ਕੀਤੀ ਮੇਰੇ ਨਾਲ ਰੱਬ ਬਲਾ ਕਰੇ ਇਹੀ ਮੇਂਤੀ ਹੈ ਤੇ ਤੁਸੀਂ ਸਬਦਾਂ ਪੜਾ ਰਹੇ ਤਾਬਤਾ ਸਭ ਦੀ ਤਰ੍ਹਾਂ ਖੁਸ਼ੀਆਂ ਰਹੇ ਠੀਕ ਹੈ ਜੈ ਸ਼ੀ ਕੀ ਸ਼